ਪੰਜਾਬੀਆਂ ਦੇ ਸ਼ੌਕ ਵੱਖਰੇ ਹੀ ਹੁੰਦੇ ਨੇ। ਜਿੱਥੇ ਵੀ ਜਾਂਦੇ ਪੰਜਾਬੀ ਆਪਣੀ ਵੱਖਰੀ ਹੀ ਪਛਾਣ ਬਣਾਈ ਹੈ, ਚਾਹੇ ਉਹ ਕੰਮ ਨੂੰ ਲੈ ਕੇ ਹੋਵੇ, ਚਾਹੇ ਆਪਣੇ ਸ਼ੌਕ ਨੂੰ ਲੈ ਕੇ ਹੋਵੇ। ਇਹੋ ਜਿਹੇ ਹੀ ਸ਼ਖਸ ਨੇ ਇੱਕ ਸਮਰਾਲਾ ਦੇ, ਜਿਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਕਿ ਆਪਣੀ ਕਲੈਕਸ਼ਨ ਇਕੱਠੀ ਕੀਤੀ ਹੈ ਸਿੱਕਿਆਂ ਦੀ। ਹਜ਼ਾਰਾਂ ਸਾਲ ਪੁਰਾਣੇ ਸਿੱਕੇ, ਡਾਕ ਟਿਕਟਾਂ ਅਤੇ ਨੋਟ ਉਹਨਾਂ ਨੇ ਇਕੱਠੇ ਕੀਤੇ ਹਨ। 100 ਦੇਸ਼ਾਂ ਦੇ ਸਿੱਕੇ, ਨੋਟ ਅਤੇ ਡਾਕ ਟਿਕਟਾਂ ਕੁਲੈਕਟ ਕੀਤੀਆਂ ਹੋਈਆਂ ਹਨ। ਆਓ ਜਾਣਦੇ ਹਾਂ ਇਹਨਾਂ ਨੋਟਾਂ ਅਤੇ ਟਿਕਟਾਂ ਨੂੰ ਇਕੱਠੇ ਕਰਨ ਵਿੱਚ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਹਨਾਂ ਲਈ ਕਿੰਨਾ ਕੁ ਇਹਨਾਂ ਨੂੰ ਆਪਣਾ ਟਾਈਮ ਦੇਣਾ ਪਿਆ। ਕਨਕਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਨਕਾ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਵੀ, ਇਹ ਜਿਹੜੀ ਕਲੈਕਟ ਤੁਸੀਂ ਕੀਤੀ ਹੈ ਕਰਾਂ ਸੀ, ਇਹ ਕਿਵੇਂ ਮਨ ਵਿੱਚ ਆਇਆ, ਕਿਹੜੀ ਉਮਰ 'ਚ ਤੁਸੀਂ ਇਹਨੂੰ ਸ਼ੁਰੂ ਕੀਤਾ ਸੀਗਾ? ਇਹ ਕਲੈਕਸ਼ਨ ਅਸਲ ਦੇ ਵਿੱਚ 20-22 ਸਾਲ ਪੁਰਾਣੀ ਗੱਲ ਹੈ। ਜਦੋਂ ਮੈਂ ਪਿੰਡ ਘਣਗਸ ਤੋਂ ਇੱਥੇ ਆਇਆ, ਉਦੋਂ ਪਹਿਲਾਂ ਮੇਰੇ ਪਿਤਾ ਜੀ ਨੇ ਕੁਛ ਸਿੱਕੇ, ਜਿਹਦੇ ਵਿੱਚ ਆਨੇ ਸੀਗੇ ਅਤੇ ਤਸਵੀਰਾਂ ਵਾਲੇ ਸਿੱਕੇ ਸੀਗੇ, ਉਹਦੇ 'ਚ 5 ਦੇ 2 ਸਿੱਕੇ ਸੀਗੇ ਵੱਡੇ। ਉਹਦੇ 'ਤੇ ਇੱਕ ਆਪਣੇ ਇੰਦਰਾ ਗਾਂਧੀ ਜੀ ਦੀ ਫੋਟੋ ਸੀ, 5 ਦਾ ਕਾਫੀ ਵੱਡਾ ਕੋਇਨ ਸੀ ਉਹ। ਇੱਕ ਸੀਗਾ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ, ਉਹਨਾਂ ਦੀ ਫੋਟੋ ਲੱਗੀ ਹੋਈ ਸੀਗੀ, ਉਹ ਦਿੱਤੇ ਸੀਗੇ। ਉਹ ਸਿੱਕੇ ਕਾਫੀ ਵੱਡੇ ਸੀਗੇ। ਉਹਨਾਂ ਤੋਂ ਫਿਰ ਮੈਨੂੰ ਹੌਲੀ ਹੌਲੀ ਸ਼ੌਕ ਪੈ ਗਿਆ ਇਕੱਲੇ ਤਸਵੀਰਾਂ ਵਾਲੇ ਸਿੱਕੇ ਇਕੱਠੇ ਕਰਨ ਦਾ, ਅਤੇ ਜਿੱਥੋਂ ਵੀ ਮਿਲਦੇ। ਉਹਦੇ 'ਚ ਜਿਵੇਂ ਤੁਸੀਂ ਗੱਲ ਪੁੱਛਿਆ ਵੀ ਕਲੈਕਸ਼ਨ ਕਿਵੇਂ ਕਰੀਏ, ਉਹਦੇ 'ਚ ਆਇਆ ਜੀ ਕਿ ਅੱਗੇ ਪਹਿਲਾਂ ਤਾਂ ਜਿਵੇਂ ਮੈਂ ਕਿਸੇ ਬੱਸ 'ਚ ਜਾਂਦਾ ਤਾਂ ਕਨੈਕਟਰਾਂ ਦੇ ਝੋਲੇ ਫਰੋਲ ਲੈਂਦਾ ਸੀਗਾ, ਜਿਹੜੇ ਹੈਗੇ ਦੁਕਾਨਦਾਰ ਉਹਨਾਂ ਨੂੰ ਕਹਿਣਾ ਉਹਨਾਂ ਦੇ ਗੱਲਿਆਂ 'ਚੋਂ ਇਹ ਜਿਹੜੇ ਸਿੱਕੇ ਆ ਇਹ ਕਹਿਣਾ ਵੀ ਮੈਨੂੰ ਦੇ ਦਿਓ, ਜਾਂ ਆਪੇ ਫਰੋਲ ਲੈਣੇ, ਉਹਨੇ ਕਹਿਣਾ ਆਪੇ ਦੇਖ ਲਓ ਕਿਹੜਾ ਤੁਹਾਨੂੰ ਮਿਲਦਾ ਤਸਵੀਰ ਵਾਲਾ ਸਿੱਕਾ ਕੱਢ ਲਓ। ਟਿਕਟਾਂ ਦੀ ਗੱਲ ਕਰੀਏ ਤਾਂ ਟਿਕਟਾਂ ਕਿੰਨੇ ਦੇਸ਼ਾਂ ਦੀਆਂ ਨੇ ਤੁਹਾਡੇ ਕੋਲ ਅਤੇ ਕੀ ਔਕੜ ਆਈਆਂ ਇਹਨਾਂ ਨੂੰ ਕਲੈਕਟ ਕਰਨ ਲਈ? ਇਹਦੇ 'ਚ ਤਕਰੀਬਨ 100 ਮੁਲਕਾਂ ਦੇ ਸਿੱਕੇ, ਨੋਟ ਅਤੇ ਟਿਕਟਾਂ ਨੇ ਜੀ। ਇਸ ਟਾਈਮ ਮੇਰੇ ਕੋਲ 195 ਦੇ ਨੇੜੇ ਤੇੜੇ ਮੇਰੀ ਤਮੰਨਾ ਹੈਗੀ ਆ ਵੀ ਮੈਂ ਇਹ ਕਲੈਕਸ਼ਨ 'ਚ ਵਾਧਾ ਕਰਾਂ ਆਪਣੀ। ਅਤੇ ਔਕੜਾਂ ਦੀ ਜਿਹੜੀ ਗੱਲ ਕੀਤੀ ਆ, ਔਕੜਾਂ ਤਾਂ ਦੇਖੋ ਜੀ, ਜਦੋਂ ਵੀ ਕਿਤੇ ਜਾਂਦੇ ਹਾਂ, ਮੰਨ ਲਓ ਕਿਸੇ ਨੇ ਸੱਦ ਲਿਆ ਵੀ ਮੇਰੇ ਕੋਲੋਂ ਆਹ ਚੀਜ਼ ਲੈ ਜਾ, ਜਦੋਂ ਉੱਥੇ ਜਾਂਦੇ ਹਾਂ ਕਈ ਵਾਰੀ ਉਹ ਮੇਰੇ ਕੋਲ ਪਹਿਲਾਂ ਹੀ ਹੁੰਦੀ ਆ। ਉੱਥੇ ਮੈਂ ਗੱਡੀ ਲੈ ਕੇ ਗਿਆ ਜਾਂ ਛੁੱਟੀ ਲੈ ਕੇ ਗਿਆ ਜਾਂ ਆਪਣਾ ਕੰਮ ਛੱਡ ਕੇ ਗਿਆ, ਜਦੋਂ ਜਾਂਦੇ ਹਾਂ ਤਾਂ ਉਹ ਚੀਜ਼ ਨਹੀਂ ਮਿਲਦੀ। ਹੁਣ ਕਈ ਥਾਂ 'ਤੇ ਇਹੋ ਜਿਹੇ ਸਿੱਕੇ ਲੈਣ ਗਿਆ, ਉਹ ਕਹਿੰਦੇ ਲੈ ਜਾਓ ਕਾਫੀ ਆ, ਜਦੋਂ ਦੇਖਿਆ ਬਹੁਤ ਹੀ ਮਾੜੀ ਹਾਲਤ ਦੇ ਸਿੱਕੇ ਸੀਗੇ। ਔਰ ਉਹਨਾਂ 'ਤੇ ਖਰਚ ਕਰਨਾ ਮੈਨੂੰ ਜ਼ਿਆਦਾ ਖਰਚ ਹੋ ਗਿਆ, ਜਿਵੇਂ ਕਹਿੰਦੇ ਦਾੜ੍ਹੀ ਨਾਲੋਂ ਮੁੱਛਾਂ ਲੰਮੀਆਂ ਹੋ ਗਈਆਂ ਵਾਲੀ ਗੱਲ ਹੋ ਗਈ ਆ, ਉਹ ਔਕੜਾਂ ਬੜੀਆਂ ਆਉਂਦੀਆਂ। ਅਤੇ ਘਰ ਦੇ ਆਪਣੇ ਕੰਮ ਛੱਡ ਕੇ ਇਸ ਚਲਾਉਣਾ, ਰਾਤਾਂ ਨੂੰ ਤਕਰੀਬਨ 2-2, 3-3 ਵੱਜ ਜਾਂਦੇ ਆ ਜਦੋਂ ਇਹਨਾਂ ਨੂੰ ਫੋਲਡਰ 'ਤੇ ਪਾਉਣਾ ਹੈ, ਜਾਂ ਜਿਹੜੇ ਥਰਮੋਕੋਲ ਦੇ ਹੈਗੇ ਨੇ ਚਾਰਟ ਬਣਾਏ ਹੋਏ ਇਹਨਾਂ 'ਤੇ ਲਾਉਣਾ, ਫਿਰ ਇਹਨਾਂ ਨੂੰ ਲੈਮੀਨੇਸ਼ਨ ਕਰਨੀ, ਸਮੱਸਿਆਵਾਂ ਤਾਂ ਆਉਂਦੀਆਂ ਨੇ, ਇਹ 'ਚ ਕੋਈ ਸ਼ੱਕ ਨਹੀਂ ਜੀ। ਕਰਕੇ ਜੀ, ਕੁਛ ਇੱਦਾਂ ਦਾ ਵੀ ਵਾਕਿਆ ਹੋਇਆ ਹੋਣਾ ਤੁਹਾਡੇ ਨਾਲ ਵੀ, ਕਿਸੇ ਨੂੰ ਤੁਸੀਂ ਲੈਣ ਗਏ ਹੋਗੇ ਟਿਕਟਾਂ ਜਾਂ ਪੈਸੇ ਜਿਹੜੇ ਕਲੈਕਟ ਕਰਨ ਲਈ, ਉਹਦੇ ਲਈ ਤੇਲ ਤੇ ਜਾਂ ਉਹਦੇ ਲਈ ਪੈਸਾ ਹੀ ਇੰਨਾ ਖਰਚ ਕਰ ਦਿੱਤਾ ਹੋਵੇ ਜਾਂ ਸਭ ਤੋਂ ਕੀਮਤੀ ਮਿਲਿਆ ਹੋਵੇ, ਇੱਦਾਂ ਦਾ ਕੋਈ ਹੈ? ਹੁਣ ਆਏ ਹਾਂ ਜੀ ਕਈ ਵਾਰ ਨਾ, ਜਿਵੇਂ ਐਗਜੀਬਿਸ਼ਨਾਂ 'ਤੇ ਜਾਂਦੇ ਹਾਂ, ਕੋਈ ਦਿੱਲੀ ਦੀ ਆ, ਕੋਈ ਬੰਬੇ ਦੀ ਆ, ਜਿਹੜੀਆਂ ਵੱਡੀਆਂ ਐਗਜੀਬਿਸ਼ਨਾਂ 'ਤੇ ਕੋਈ ਨੋਟ ਸਿੱਕੇ ਲੈ ਕੇ ਆਉਣੇ ਆ। ਹੁਣ ਉੱਥੇ ਚਲੇ ਤਾਂ ਜਾਈਦਾ, ਉੱਥੇ 3 ਦਿਨ ਦਾ ਕਿਰਾਇਆ, ਉੱਥੇ ਰਹਿਣ ਸਹਿਣ ਦਾ, ਹੋਟਲ ਦਾ ਕਿਰਾਇਆ, ਉਹ ਮੰਨ ਲਓ ਤੁਹਾਡਾ 5,000 ਰੁਪਈਆ ਲੱਗ ਗਿਆ ਜਾਂ 10,000 ਰੁਪਈਆ ਲੱਗ ਗਿਆ। ਉੱਥੇ ਸਾਨੂੰ ਸਿੱਕੇ ਅਤੇ ਨੋਟ ਜਿਹੜੇ ਆ ਉਹ ਤਕਰੀਬਨ ਮਿਲੇ 100, 200 ਜਾਂ 500 ਦੇ। ਉਦੋਂ ਬੜੀ ਤਕਲੀਫ ਹੁੰਦੀ ਆ ਵੀ ਯਾਰ ਟਾਈਮ ਵੀ ਕੱਢ ਕੇ ਆਏ, ਪੈਸਾ ਵੀ ਲਾਇਆ ਅਤੇ ਮੈਨੂੰ ਫਲ ਵੀ ਪੂਰਾ ਨਹੀਂ ਮਿਲਿਆ ਹੈਗਾ। ਉਹ ਇਹੋ ਜਿਹੀਆਂ ਔਕੜਾਂ ਜ਼ਰੂਰ ਆਉਂਦੀਆਂ ਨੇ ਇਸ ਕੰਮ 'ਚ। ਕੁਛ ਇੱਦਾਂ ਦੇ ਵੀ ਨੋਟ ਹੋਣੇ ਆ ਤੁਹਾਡੇ ਕੋਲ ਜਿਹੜੇ ਬੜਮੁੱਲੇ ਬਹੁਤ ਕੀਮਤੀ ਹੋਣੇ ਨੇ, ਕਿਸੇ ਨੇ ਕਿਹਾ ਹੋਣਾ ਵੀ ਸਾਨੂੰ ਆਹ ਦੇ ਦਿਓ ਇਹਦੇ ਬਦਲੇ ਇੰਨੇ ਪੈਸੇ, ਕਿਉਂਕਿ ਅਕਸਰ ਸੋਸ਼ਲ ਮੀਡੀਆ 'ਤੇ ਛਾਏ ਹੁੰਦੇ ਨੇ ਵੀ ਆਹ ਨੋਟ ਇੰਨੇ ਦਾ ਵਿਕਦਾ, ਕੁਛ ਹੈ ਇੱਦਾਂ ਦੀ ਕਹਾਣੀ? ਨਹੀਂ, ਜਿਹੜਾ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਨਾ, ਮੈਨੂੰ ਅੱਗੇ ਵੀ ਕਈਆਂ ਨੇ ਪੁੱਛਿਆ, ਇਹ ਮੇਰੇ ਯਾਰਾਂ ਦੋਸਤ ਜਿਨ੍ਹਾਂ ਕੋਲ 1-2 ਨੋਟ ਪਏ ਨੇ ਵੀ ਯੂਟਿਊਬ 'ਤੇ ਜਾਂ ਸੋਸ਼ਲ ਮੀਡੀਆ 'ਤੇ ਇਹ ਚੱਲ ਰਿਹਾ, ਪਰ ਉਹ ਜ਼ਿਆਦਾਤਰ ਫਰੋਡ ਨੇ ਜੀ। ਫਰੋਡ ਮੈਂ ਮੰਨਣਾ 80-85% ਫਰੋਡ ਜ਼ਿਆਦਾ ਚੱਲਦਾ, ਲੋਕ ਉਵੇਂ ਬਣਾਈ ਜਾਂਦੇ ਆ। ਹੈਗੇ ਕੋਸਟਲੀ ਹੁੰਦੇ ਆ ਜੀ, ਜਿਹੜੀ ਵੀ ਚੀਜ਼ ਕਿਸੇ ਵੀ ਟਕਸਾਲ ਦੀ ਥੋੜ੍ਹੀ ਬਣੀ ਆ ਜਾਂ ਛਪੀ ਆ ਉਹਦੀ ਮਾਰਕੀਟ ਵੈਲਿਊ ਤਾਂ ਵੱਧਦੀ ਵੱਧਦੀ ਆ, ਔਰ ਜਿੰਨਾ ਲੌਂਗ ਟਾਈਮ ਉਹਦੋਂ ਹੋ ਗਿਆ ਉਹਦੇ ਵੀ ਰੇਟ ਵੱਧ ਜਾਂਦੇ ਨੇ।
ਜਿਵੇਂ ਆਹ ਤੁਹਾਨੂੰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ 100 ਰੁਪਏ ਦਾ ਨੋਟ ਹੈ ਅਤੇ ਇਹ ਅੱਜ ਦੀ ਡੇਟ 'ਚ ਕਾਫੀ ਕੋਸਟਲੀ ਆ ਜਾਂ ਜਿਹੜੇ ਅੱਧੇ ਆਨੇ ਨੇ ਦੁਆਨੀਆਂ ਜਿਹੜੀਆਂ ਪੁਰਾਣੀਆਂ ਨੇ ਉਹ ਥੋੜ੍ਹੇ ਕੋਸਟਲੀ ਮਿਲਦੇ ਆ ਪਰ ਇੰਨੇ ਨਹੀਂ ਵੀ ਲੱਖਾਂ ਕਰੋੜਾਂ ਰੁਪਈਆ ਲੋਕ ਮੰਗੀ ਜਾਂਦੇ ਆਮ ਜਿਹੜੇ ਸਿੱਕੇ ਆ ਉਹਦੇ ਵੀ ਉਹ ਪੈਸੇ ਮੰਗੀ ਜਾਂਦੇ ਆ ਇਹਦੇ ਉਹਦੇ ਇੰਨੇ ਪੈਸੇ ਨਹੀਂ ਮਿਲਦੇ ਗੱਲ ਕਰੀਏ ਜੇ ਆਪਾਂ ਸਟਾਰਟਿੰਗ ਜਿਹੜੀ ਹੈ ਕਦੋਂ ਕੀਤੀ ਸੀ, ਕਿੰਨੇ ਸਾਲ ਲੱਗੇ ਨੇ ਤੁਹਾਨੂੰ ਇਹ ਕਲੈਕਟ ਕਰਨ ਵਿੱਚ, 100 ਦੇਸ਼ਾਂ ਦੇ ਜਿਹੜੇ ਸਿੱਕੇ ਅਤੇ ਡਾਕ ਟਿਕਟਾਂ ਇਕੱਠੀਆਂ ਕੀਤੀਆਂ, ਇਹਨਾਂ ਨੂੰ ਕਿੰਨਾ ਟਾਈਮ ਲੱਗਿਆ ਤੁਹਾਡਾ? ਸ਼ੁਰੂਆਤ ਮੈਨੂੰ ਤਕਰੀਬਨ 25 ਸਾਲ ਪਹਿਲਾਂ ਦੀ ਆ ਜਿਹੜੇ ਸਿੱਕੇ ਮਿਲੇ ਸੀ, ਕੰਮ ਕਰਦੇ ਨੂੰ ਅਸਲ ਦੇ ਵਿੱਚ 20 ਸਾਲ ਹੋ ਗਏ ਜੀ। 20 ਸਾਲ ਦੀ ਇਹ ਸਾਰੀ ਮਿਹਨਤ ਆ ਜੀ। ਹੁਣ ਕੀ ਸੁਪਨਾ ਲੈ ਕੇ ਚੱਲੇ ਹੋ ਵੀ 100 ਦੇਸ਼ਾਂ ਤੱਕ ਸੀਮਿਤ ਹੋਵੋਗੇ ਜਾਂ ਅੱਗੇ ਵੀ ਕੋਈ ਸੋਚ ਰਹੇ ਹੋ? ਨਹੀਂ ਤਕਰੀਬਨ ਹਰੇਕ ਕੰਟਰੀ ਦਾ ਸਿੱਕਾ ਨੋਟ ਅਤੇ ਟਿਕਟਾਂ ਰੱਖਣ ਦੀ ਹੈਗੀ ਤਮੰਨਾ, ਜਿਹਦੇ ਵਿੱਚ 95 ਕੁ ਮੁਲਕ ਹੋਰ ਮੈਂ ਆਸ ਕਰਦਾ। ਮੈਂ ਸਾਰੇ ਯਾਰਾਂ ਦੋਸਤਾਂ ਨੂੰ ਵੀ ਕਿਹਾ, ਸੱਜਣਾ ਮਿੱਤਰਾਂ ਨੂੰ, ਅਤੇ ਵੀ ਜਿਹਨੂੰ ਵੀ ਜਿੱਥੋਂ ਮਿਲਦੇ ਆ ਤਾਂ ਮੈਨੂੰ ਇਹ ਕਲੈਕਸ਼ਨ 'ਚ ਮੇਰੇ 'ਚ ਨੋਟ ਸਿੱਕੇ ਲਿਆ ਕੇ ਦਿਓ, ਚਾਹੇ ਉਹ ਮੁੱਲ ਮਿਲਣ ਅਤੇ ਚਾਹੇ ਮੈਨੂੰ ਆਪ ਲੈ ਕੇ ਆਉਣੇ ਪੈਣ। ਯਾਨੀ 195 ਮੁਲਕ ਤਾਂ ਤਮੰਨਾ ਹੈਗੀ ਹੈ ਵੀ ਕਰੇ ਦਈਏ। ਇਹ ਸਨ ਘਨਗਸ ਜੀ ਜਿਨ੍ਹਾਂ ਨੇ ਆਪਣੇ ਘਰ ਵਿੱਚ ਇੱਕ ਦੇਖੋ ਤੁਸੀਂ ਪੁਰਾਤਨ ਜਿਹੜੀ ਆ ਇੱਕ ਪ੍ਰਦਰਸ਼ਨੀ ਲਗਾਈ ਹੋਈ ਹੈ ਘਰ ਵਿੱਚ। ਇਹਨਾਂ ਨੇ ਆਪਣੇ 1000 ਸਾਲ ਪੁਰਾਣੇ ਸਿੱਕੇ, ਡਾਕ ਟਿਕਟਾਂ ਅਤੇ ਨੋਟ ਇਕੱਠੇ ਕੀਤੇ ਹੋਏ ਹਨ। ਇਹ ਕਿਉਂਕਿ ਪੰਜਾਬੀਆਂ ਨੇ ਇਹਨਾਂ ਨੇ ਦੱਸਿਆ ਕਿ ਕਈਆਂ 'ਤੇ ਬਹੁਤ ਪੈਸਾ ਲੱਗਿਆ ਇਕੱਠੇ ਕਰਨ ਨੂੰ, ਪਰ ਪੰਜਾਬੀਆਂ ਦੇ ਕਹਿੰਦੇ ਨਹੀਂ ਹੁੰਦੇ, ਸ਼ੌਂਕ ਹੀ ਵੱਖਰੇ ਹੁੰਦੇ ਨੇ। ਬੇਸ਼ੱਕ ਉਹ ਪੈਸਾ ਵੱਧ ਲਾ ਕੇ ਉਸਨੂੰ ਆਪਣੇ ਸ਼ੌਂਕ ਨੂੰ ਪੂਰਾ ਕਰਦੇ ਹਾਂ। ਇਹੋ ਜਿਹੇ ਹੀ ਇੱਕ ਇਹ ਕਣਗਤ ਸੀਗੇ ਜਿਨ੍ਹਾਂ ਨੇ ਆਪਣਾ ਸ਼ੌਂਕ ਪੂਰਾ ਕੀਤਾ। ਮੈਂ ਵਰੁਣ ਕੌਸ਼ਲ, ਜੀ ਮੀਡੀਆ, ਸਮਰਾਲਾ। ਮੈਂ ਜੀ ਚਮਕੌਰ ਸਿੰਘ ਘਣਗਸ, ਮੇਰਾ ਨਾਮ, ਪਿੰਡ ਘਣਗਸਰ, ਰਹਿਣਾ ਤਕਰੀਬਨ ਪਿਛਲੇ 20 ਸਾਲ ਤੋਂ ਸਮਰਾਲੇ 'ਚ ਹਾਂ ਜੀ। ਹਾਂਜੀ ਸਰ, ਇਹ ਕਲੈਕਸ਼ਨ ਕਿਵੇਂ ਇਕੱਠੀ ਕੀਤੀ, ਕਿੰਨੀ ਦੇਰ ਹੋ ਗਈ ਇਹਨੂੰ ਕਲੈਕਸ਼ਨ ਕਰਦੇ, ਕੀ ਕਲੈਕਟ ਕੀਤਾ ਸੀ? ਮੈਨੂੰ ਜੀ 20 ਸਾਲ ਹੋ ਗਏ ਤਕਰੀਬਨ, 20-25 ਸਾਲ ਕਲੈਕਸ਼ਨ ਕਰਦੇ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਤਸਵੀਰਾਂ ਵਾਲੇ ਸਿੱਕਿਆਂ ਦਾ ਹੀ ਇਕੱਲਾ ਫੈਨ ਸੀਗਾ, ਯਾਨੀ ਸ਼ੌਕ ਰੱਖਿਆ ਹੋਇਆ ਸੀ ਵੀ ਇਕੱਲੇ ਉਹੀ ਕਰਨੇ ਆ। ਉਦੋਂ ਬਾਅਦ ਜਦੋਂ ਮੈਂ ਐਗਜੀਬਿਸ਼ਨਾਂ ਲਾਈਆਂ ਕੋਈ ਸਕੂਲ 'ਚ, ਕਾਲਜ 'ਚ, ਅਤੇ ਉੱਥੋਂ ਦੇ ਜਿੰਨੇ ਵੀ ਦਰਸ਼ਕ ਸੀਗੇ ਉਹਨਾਂ ਨੇ ਮੈਨੂੰ ਹੌਸਲਾ ਵਜਾਈ ਦਿੱਤੀ, ਮੇਰੀ ਕਲੈਕਸ਼ਨ 'ਚ ਵਾਧਾ ਵੀ ਕੀਤਾ। ਉਹਨਾਂ ਨੇ ਕਿਹਾ ਵੀ ਤੁਸੀਂ ਨੋਟ ਅਤੇ ਟਿਕਟਾਂ ਦਾ ਵੀ ਕਰੋ। ਉਹ ਫਿਰ ਪਹਿਲਾਂ ਨੋਟਾਂ ਦਾ ਸ਼ੁਰੂ ਕੀਤਾ, ਫਿਰ ਟਿਕਟਾਂ ਦਾ। ਅੱਜ ਦੀ ਡੇਟ 'ਚ ਮੇਰੇ ਕੋਲ ਜੀ 100 ਸਾਲਾਂ 100 ਮੁਲਕਾਂ ਦੇ ਤਕਰੀਬਨ ਨੋਟ ਅਤੇ ਟਿਕਟਾਂ ਅਤੇ ਸਿੱਕੇ ਹੈਗੇ ਆ ਜੀ। ਇਹ ਆਈਡੀਆ ਕਿਵੇਂ ਆਇਆ ਮਨ 'ਚ ਤੁਹਾਡੇ, ਅਤੇ ਕਿੰਨਾ ਕੁ ਪੈਸਾ ਲੱਗਿਆ ਇਹਨਾਂ ਨੂੰ ਕਲੈਕਟ ਕਰਨ 'ਚ ਤੁਹਾਡਾ? ਪੈਸਾ ਤਾਂ ਜੀ ਨਹੀਂ ਕੁਛ ਆਈਡੀਆ ਵੀ, ਪੈਸਾ ਤਾਂ ਬਹੁਤ ਲੱਗਿਆ ਕਿਉਂਕਿ 1 ਰੁਪਏ ਦੀ ਚੀਜ਼ ਦੇ ਕਿਤੇ 50 ਕਿਤੇ 500 ਰੁਪਈਆ ਵੀ ਦੇਣਾ ਪਿਆ। ਅਤੇ ਬਾਕੀ ਰਹੀ ਕੁਲੈਕਸ਼ਨ ਦੇ ਵਿੱਚ ਤਕਰੀਬਨ ਮੇਰੇ ਕੋਲ ਕੋਈ 2500 ਸਾਲ, 2700 ਸਾਲ, 1000 ਸਾਲ, 500 ਸਾਲ, ਮੁਗਲ ਕਾਲ ਦੇ ਤਕਰੀਬਨ ਸਾਰੇ ਹੀ, ਮੁਗਲਾਂ ਦੇ ਟਾਈਮ ਦੇ ਸਿੱਕੇ ਅਤੇ ਸੁਲਤਾਨਾਂ ਦੇ ਸਿੱਕੇ, ਜਿੰਨੀਆਂ ਇੰਡੀਆ ਦੀਆਂ ਅਲੱਗ ਅਲੱਗ ਸਟੇਟਾਂ ਸੀ ਸਨ 47 ਤੋਂ ਪਹਿਲਾਂ ਦੀਆਂ, ਉਹਨਾਂ ਦੀਆਂ ਸਟੇਟਾਂ ਦੇ ਵੱਖ ਵੱਖ ਦਮੜੇ ਦਮੜੀਆਂ ਤਕਰੀਬਨ ਹੈਗੇ ਆ ਮੇਰੀ ਕਲੈਕਸ਼ਨ ਦੇ ਵਿੱਚ ਜੀ। ਸਿੱਕਿਆਂ ਦੇ ਨਾਲ ਨਾਲ ਟਿਕਟਾਂ ਵਾਲੇ ਪਾਸੇ ਨੂੰ ਕਿਵੇਂ ਰੁਝਾਨ ਆਇਆ? ਟਿਕਟਾਂ ਐਗਜੀਬਿਸ਼ਨ ਲਾਉਣ ਕਰਕੇ ਜੀ, ਉਹ ਜਦੋਂ ਕਿਸੇ ਨੇ ਦੇਖਿਆ ਵੀ ਤੁਸੀਂ ਹੋਰ ਵਾਧਾ ਕਰ ਲਓ ਵੀ ਇਕੱਲੇ ਸਿੱਕਿਆਂ 'ਤੇ ਖੜ੍ਹੇ ਹੋ, ਫਿਰ ਨੋਟਾਂ ਦੇ ਨਾਲ ਨਾਲ ਕੋਈ ਮੈਨੂੰ 2 ਮੁਲਕਾਂ ਦੀਆਂ, ਕੋਈ 4 ਦੀਆਂ ਜਦੋਂ ਟਿਕਟਾਂ ਦੇ ਕੇ ਗਿਆ, ਫਿਰ ਮੈਂ ਇਹ ਸੋਚਿਆ ਵੀ ਜਿਹੜੀਆਂ ਸਾਡੇ ਦਫ਼ਤਰਾਂ ਦੇ ਵਿੱਚ ਅਲੱਗ ਅਲੱਗ ਆਫਿਸਾਂ ਦੇ ਵਿੱਚ ਦੇਖਿਆ, ਅਤੇ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਜਿੰਨੀਆਂ ਵੀ ਕੋਈ ਟਿਕਟਾਂ ਆਉਂਦੀਆਂ ਨੇ ਲਿਫਾਫਿਆਂ 'ਚੋਂ ਲਾਹ ਕੇ ਮੈਨੂੰ ਦੇ ਦਿਆ ਕਰੋ। ਮੈਂ ਖੁਦ ਵੀ ਲਿਫਾਫਿਆਂ ਤੋਂ ਲਾਹੀਆਂ, ਜਿਹੜਾ ਵੇਸਟੇਜ ਹੋ ਜਾਂਦਾ ਜਦੋਂ ਆਪਾਂ ਕੋਈ ਡਾਕ ਕੱਢ ਲੈਂਦੇ ਹਾਂ, ਉਹਦੇ 'ਤੇ ਲੱਗੀਆਂ ਟਿਕਟਾਂ ਲਾਹੀਆਂ, ਅਤੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਕਿਹਾ ਵੀ ਜਿੱਥੋਂ ਵੀ ਤੁਹਾਨੂੰ ਮਿਲਦੀਆਂ ਮੈਨੂੰ ਟਿਕਟਾਂ ਲਾਹ ਕੇ ਜ਼ਰੂਰ ਦੇ ਦਿਆ ਕਰੋ ਲਿਫਾਫਿਆਂ ਤੋਂ, ਕਿਉਂਕਿ ਉਹ ਤਾਂ ਵੇਸਟੇਜ ਹੀ ਹੋ ਜਾਂਦੀਆਂ ਨੇ ਜੀ। ਕੋਈ ਇੱਦਾਂ ਦਾ ਵਾਕਿਆ ਵੀ ਤੁਹਾਡੇ ਨਾਲ ਵਾਪਰਿਆ ਹੋਣਾ ਵੀ ਜਿੱਥੇ 100 ਰੁਪਏ ਦੀ ਚੀਜ਼ ਆ ਉਹਦੇ ਲਈ 5000 ਰੁਪਈਆ ਲਾਉਣਾ ਪਿਆ ਹੋਊਗਾ, ਜਾਂ ਕਿਤੇ ਗਏ ਹੋਵੋਗੇ ਕੁਛ ਵੀ ਨਹੀਂ ਮਿਲਿਆ ਹੈਗਾ? ਹਾਂਜੀ, 1-2 ਵਾਰ ਕਿਸੇ ਨੇ ਕਿਹਾ ਵੀ ਸਾਡੇ ਕੋਲੋਂ ਲੈ ਜਾਓ ਸਿੱਕੇ। ਮੈਂ ਅੰਮ੍ਰਿਤਸਰ ਗਿਆ, ਇੱਥੋਂ ਗੱਡੀ ਕਰਾ ਕੇ ਚਲੇ ਗਏ, ਉੱਥੇ ਜਦੋਂ ਗਏ ਜੀ ਉੱਥੇ ਜਿਹੜੇ ਸਿੱਕੇ ਸੀਗੇ ਉਹ ਚਾਹੀਦੇ ਸੀ ਮੈਨੂੰ ਹਰ ਇੱਕ ਸੰਨ ਦਾ 25 ਦਸੀ, ਵੀ ਹਰੇਕ ਸੰਨ ਦੀ ਹੋਵੇ। ਉਹ ਕਹਿੰਦੇ ਮੇਰੇ ਕੋਲ ਬਹੁਤ ਆ, ਬੋਰੀ ਭਰੀ ਪਈ ਆ, ਵੀ ਤੁਸੀਂ ਲੈ ਲਓ। ਉਹ ਜਦੋਂ ਮੈਂ ਸਾਰੀ ਬਰੋਲੀ ਬੋਰੀ ਪੂਰੀ ਫਰੋਲੀ ਜੀ, ਉਹਦੇ ਵਿੱਚੋਂ ਮੈਨੂੰ ਸਿਰਫ
पांच पंजियां ते पांच के दसियां ही मिली हैं, जबकि मैनू उहदे ते मेरा 5,000 रुपया वैसे ही लग गया, गड्डी गुड्डी ते सारा खर्च रोटी पानी पा के मिली हैं मैनू, पांच पांच सिक्के ही उहदे विचों।